ਅੱਜ ਅਸੀਂ ਤੁਹਾਨੂੰ ਟੂਨਾ ਕੈਸਰੋਲ ਖਿਲਾ ਰਹੇ ਹਾਂ। ਟੂਨਾ ਫਿਸ਼ ਹੈ ਇਹ ਮੱਛਲੀ ਹੈ? ਆਹੋ ਇੱਕ ਵਾਰੀ ਖਾਧੀ ਸੀ ਉਹ ਡੱਬੇ 'ਚ ਪੈਕ ਆਈ ਸੀ। ਅੱਛਾ ਟੂਨਾ ਫਿਸ਼ ਮੱਛਲੀ ਹੈਗੀ ਹੈ? ਇਹ ਤਾਂ ਮੈਂ ਪਹਿਲੀ ਦਫ਼ਾ ਸੁਣਿਆ, ਵੈਸੇ ਡੰਬਲਾ ਸੁਣਿਆ, ਮੱਲੀ ਸੁਣੀ ਹੈ, ਹੋ ਗਈ ਮੱਛੇ ਟੂਨਾ ਮੱਛੀ ਕਿਹੋ ਜਿਹੀ ਹੈਗੀ ਇਹ ਤਾਂ। ਵਾਹ ਜੀ ਵਾਹ, ਤੇ ਦਿਖਾਓ ਫਿਰ ਭਾਅ ਜੀ ਟੂਨਾ ਫਿਸ਼ ਕਿਹੋ ਜਾਂਦੀ। ਉਹ ਸ਼ੁਰੂ ਸ਼ੁਰੂ ਤੋਂ ਆਈ ਸੀ ਟੂਨਾ ਫਿਸ਼, ਉਹਨੇ ਇਹੋ ਜਿਹਾ ਜਾਦੂ ਟੂਨਾ ਕੀਤਾ, ਯਕੀਨ ਕਰੋ ਕਿ ਦੁਬਾਰਾ ਟੂਨੇ ਵੱਲ ਦੇਖਣ 'ਤੇ ਦਿਲ ਨਹੀਂ ਕੀਤਾ। ਯਕੀਨ ਕਰੋ ਕਿ ਇਹ ਜਿਸ ਚੀਜ਼ ਦੇ ਉੱਤੇ ਚੀਜ਼ ਲੱਗ ਜਾਂਦੀ ਹੈ ਨਾ, ਉਹ ਚੀਜ਼ ਹੀ ਕਮਾਲ ਚੀਜ਼ ਹੋ ਜਾਂਦੀ ਹੈ। ਕਿੱਥੇ ਖਾਂਦੇ ਨੇ ਲੋਕ ਇਹ ਮੱਛੀ? ਇਹ ਜ਼ਿਆਦਾਤਰ ਅਮਰੀਕਾ 'ਚ ਹੀ ਖਾਧੀ ਜਾਂਦੀ ਹੈ ਤੇ ਪਹਿਲੀ ਵਾਰੀ ਬਣਾਈ ਵੀ ਅਮਰੀਕਾ 'ਚ ਗਈ ਸੀ। ਟੂਨਾ ਫਿਸ਼ ਤੇ ਮੈਂ ਵੈਸੇ ਬੜਾ ਦੇਖਿਆ ਕਿ ਜਿਹੜੇ ਬਾਹਰ ਦੇ ਮੁਲਕਾਂ ਦੇ ਲੋਕ ਹੈਗੇ, ਉਹ ਨਾ ਦੁੱਧ ਨੂੰ ਪਸੰਦ ਕਰਦੇ ਨੇ, ਨਾ ਦਹੀਂ ਨੂੰ ਪਸੰਦ ਕਰਦੇ ਨੇ, ਨਾ ਮੱਖਣ, ਨਾ ਘਿਓ, ਉਹ ਇੱਕੋ ਹੀ ਚੀਜ਼ ਪਸੰਦ ਕਰਦੇ ਨੇ ਚੀਜ਼। ਇਹ ਸਪਰਿੰਗ ਪਾਸਤਾ ਹੈਗਾ, ਇਹ ਮੇਦੇ ਦੇ ਬਣਦੇ ਆ ਸਪਰਿੰਗ ਵਾਲੇ। ਉਹ ਜੀ ਹੈਗਾ ਜੀ ਟੂਨਾ ਫਿਸ਼, ਯਕੀਨ ਕਰੋ ਇਹਦੇ ਨਾਂ ਤੋਂ ਹੀ ਮੈਂ ਤੇ ਡਰ ਜਾਂਦਾ, ਕਿਤੇ ਇਹਦਾ ਨਾਂ ਹੁੰਦਾ ਜਾਦੂ ਟੂਨਾ ਫਿਸ਼ ਤੇ ਫਿਰ ਕੱਚੀ ਕੱਚੀ ਮੱਛੀ ਜਮਾ ਖਾਂਦੀ ਹੈ ਇਹਦੀ ਜਿਹੜੀ ਖੁਸ਼ਬੂ ਆ ਰਹੀ ਨਾ ਮਨ ਨੂੰ, ਓਏ ਹੋਏ, ਮੈਨੂੰ ਬੜੀ ਨਾ ਅਜੀਬ ਜੀ ਕੈਫੀਅਤ ਮਹਿਸੂਸ ਹੋ ਰਹੀ ਇਹਦੀ ਖੁਸ਼ਬੂ ਤੋਂ। ਜੇ ਉਹ ਡੱਬੇ 'ਚ ਪੈਕ ਵਾਲੀ ਟੂਨਾ ਫਿਸ਼ ਹੁੰਦੀ ਨਾ ਤਾਂ ਫਿਰ ਨਹੀਂ ਸੀ ਉਹ ਖਾਧੀ ਜਾਣੀ, ਉਹਦੀ ਤਾਂ ਸਮੈਲ ਹੀ ਇੰਨੀ, ਯਕੀਨ ਜਾਣੋ 3 ਦਿਨ ਬੰਦਾ ਉਂਝ ਹੀ ਬੇਹੋਸ਼ ਰਹਿੰਦਾ। ਜਿਸ ਤਰ੍ਹਾਂ ਇਹਦਾ ਨਾਮ ਪਿਆਰਾ, ਜਿਸ ਤਰ੍ਹਾਂ ਦੀ ਖੁਸ਼ਬੂ ਬੜੀ ਪਿਆਰੀ ਹੈ ਜੀ, ਯਕੀਨ ਕਰੋ ਇਹਦਾ ਮਜ਼ਾ ਵੀ ਬਹੁਤ ਪਿਆਰਾ। ਮੱਛੀ ਦਾ ਅਜੀਬ ਹੀ ਨਾਂ ਅਜੀਬ ਹੈ, ਇਹਦਾ ਜ਼ਾਇਕਾ ਵੀ ਅਜੀਬ ਜਿਹਾ ਹੈਗਾ, ਅਤੇ ਨਾਲ ਇਹ ਸਬਜ਼ੀ ਮਟਰ ਵੀ ਪਾਏ ਨੇ, ਨਾਲ ਜੇ ਮੈਦੇ ਦੀ ਸਪਰਿੰਗ ਜਿਹੇ ਜਿਹੜੇ ਬਣਾਏ ਨੇ ਉਹਦਾ ਵੀ ਜ਼ਾਇਕਾ ਇੱਕ ਅਜੀਬ ਜਿਹਾ ਹੁੰਦਾ। ਇੱਕ ਹੁੰਦਾ ਕਰਾਰੇ ਮਲਕਣੇ ਜਿਹਾ, ਨਹੀਂ ਬਿਲਕੁਲ ਨਰਮ ਜਿਹੇ ਹੈਗੇ ਨੇ। ਮੱਛੀ ਦੀ ਜਿਹੜੀ ਹਵਾ ਗਿਆ ਮੱਛੀ ਦੀ, ਉਹ ਨਹੀਂ ਖਤਮ ਹੋਈ, ਵੰਝ ਆ ਰਹੀ ਫੌਰਨ ਭਾਈ ਦਿਮਾਗ ਨੂੰ ਚੜ੍ਹ ਰਹੀ, ਅਤੇ ਪਤਾ ਨਹੀਂ ਜੀ ਦੀ ਕੈਫੀਅਤ ਜੀ ਮਹਿਸੂਸ ਹੋ ਰਹੀ। ਬਾਕੀ ਕਿਆ ਬਾਤ ਹੈ ਜੀ, ਬੜਾ ਮਜ਼ੇਦਾਰ ਕੰਮ ਹੈ, ਇੰਝ ਲੱਗਦਾ ਜਿਸ ਤਰ੍ਹਾਂ ਆਲੂ ਕੀਮਾ ਨਹੀਂ ਬੰਦਾ ਖਾ ਰਿਹਾ ਹੁੰਦਾ। ਟੂਨਾ ਫਿਸ਼ ਉਹ ਜਿਹੜੀ ਛੋਟੀ ਛੋਟੀ ਹੁੰਦੀ, ਉਹ ਚੈਨਾ ਚੱਕਰ ਕਿਤੇ ਖਾਂਦੇ ਨੇ, ਉਹ ਐਡੀ ਐਡੀ ਮੱਛੀ, ਉਹ ਤਾਂ ਨਹੀਂ ਉਹੀ ਟੂਨੇ ਵਾਲੀ ਲੱਗਦੀ, ਵੱਡੀ ਨੂੰ ਤਾਂ ਮੱਛੀ ਕਹਿੰਦੇ ਨੇ ਫਿਸ਼। ਬਹੁਤ ਮੁਸ਼ਕਲ ਮੈਨੂੰ ਆਪਣੇ ਅੰਦਰ ਲੱਗਿਆ। ਇੱਕ ਹੁੰਦੀ ਹੈ ਬਿਮਾਰਾਂ ਦੀ ਖਿਚੜੀ, ਉਹਦੇ ਚ ਪੈਂਦੀ ਮੂੰਗੀ ਦੀ ਜਾਂ ਮਸਰਾਂ ਦੀ ਦਾਲ, ਇੱਕ ਹੁੰਦੀ ਹੈ ਸਿਹਤਮੰਦ ਬੰਦਿਆਂ ਦੀ ਖਿਚੜੀ ਭਲਵਾਨਾਂ ਦੀ ਖਿਚੜੀ, ਇਹ ਜਿਹੜੀ ਹੈ ਨਾ ਲੱਗਦੀ ਹੈ ਭਲਵਾਨਾਂ ਦੀ ਖਿਚੜੀ। ਐਸੀ ਖੁਸ਼ਬੂਆਂ ਆ ਰਹੀਆਂ ਨੇ ਜਿਸ ਤਰ੍ਹਾਂ ਦੇਸੀ ਘਿਓ ਪਾਇਆ ਮੂੰਹ ਦੇ ਵਿੱਚ ਰੱਖੀਏ ਤੇ ਬਿਲਕੁਲ ਪਿਓਰ ਦੇਸੀ ਘਿਓ ਦੀ ਖੁਸ਼ਬੂ ਆ ਰਹੀ ਜੀ। ਇਹਦੇ ਵਿੱਚ ਕਰੀਮ ਪਾਏਗੀ, ਦੁੱਧ ਪਾਏਗੇ, ਅੰਡੇ ਪਾਏਗੇ, ਲੱਖਾਂ ਦੀ ਤਾਦਾਦ ਨਾਲ ਲੋਕ ਖਾਂਦੇ ਹੋਣੇ ਨੇ, ਗੱਲ ਪਤਾ ਕੀ ਤੁਹਾਡੀ ਡਿਸ਼ ਹੈ ਤੁਸੀਂ ਇਹਨੂੰ ਖਾ ਸਕਦੇ ਹੋ। ਮੈਨੂੰ ਬਚਪਨ ਤੋਂ ਯਕੀਨ ਗੱਲ ਉਹ ਇਹੋ ਜਿਹੀ ਆਦਤ ਹੀ ਨਹੀਂ ਪਈ ਇਸ ਚੀਜ਼ ਨੂੰ ਖਾਣ ਦੀ, ਮੈਂ ਇਹਨੂੰ ਨਹੀਂ ਖਾਣਾ ਵੀ ਚਾਹ ਰਿਹਾ ਤੇ ਨਹੀਂ ਖਾ ਸਕਦਾ ਕਿਉਂਕਿ ਕਦੀ ਖਾਧੀ ਨਹੀਂ ਹੈਗੀ। ਯਕੀਨ ਕਰੋ ਲੌਂਗ ਜਿਹੜੇ ਨੇ ਨਾ ਉਹ ਬਲਾ ਜੀ ਦੇ ਕਿ ਤੁਹਾਡੇ ਜਿਸਮ ਦੇ ਕਿਸੇ ਹਿੱਸੇ 'ਚ ਦਰਦ ਹੁੰਦੀ ਹੋਵੇ ਨਾ ਤੁਸੀਂ ਤੇਲ 'ਚ ਲੌਂਗ ਸਾੜ ਕੇ ਉੱਥੇ ਮਲ ਲਵੋ, ਠੀਕ ਹੋ ਜਾਏ। ਸਾਡੇ ਪਾਕਿਸਤਾਨ 'ਚ ਨਾ ਕਰਾਚੀ ਹੈਗਾ ਬੜਾ ਵੱਡਾ ਸ਼ਹਿਰ, ਉੱਧਰ ਦੇ ਲੋਕ ਚਾਵਲ ਅਤੇ ਮੱਛੀ ਨੂੰ ਬੜਾ ਪਸੰਦ ਕਰਦੇ ਨੇ, ਯਕੀਨ ਕਰੋ ਚਾਵਲ ਅਤੇ ਮੱਛੀ ਦੇ ਪਿੱਛੇ ਨਾ ਬੜੀ ਜਾਨ ਦਿੰਦੇ ਨੇ, ਅਤੇ ਅੱਜ ਤਾਂ ਜਿਵੇਂ ਉਹਨਾਂ ਦੀ ਡਿਸ਼ ਹੁੰਦੀ ਉਹਨਾਂ ਨਾਲ ਇੱਕ ਵਾਰੀ ਮੈਂ ਖਾਧੀ ਸੀ ਅਤੇ ਉਹ ਮਜ਼ਾ ਅੱਜ ਮਜ਼ਾ ਆਇਆ, ਯਕੀਨ ਕਰੋ ਬਿਲਕੁਲ ਕਰਾਚੀ ਦੀ ਮੱਛੀ ਵਰਗੀ ਹੈਗੀ ਹੈ, ਨਾਲ ਚਾਵਲ ਹੁੰਦੇ ਅਤੇ ਬੜਾ ਬਿਹਤਰੀਨ ਜ਼ਾਇਕਾ ਬਣਨਾ ਸੀ। ਇੱਕ ਹੁੰਦੇ ਨੇ ਬਿਰਿਆਨੀ ਟੈਪ, ਇੱਕ ਹੁੰਦਾ ਜਾਂ ਵੱਡਾ ਕੁਛ ਜਾਂ ਪਾਕ ਮਿਕਸ ਜੇ ਚੌਲ ਬਣਾਉਂਦੇ ਮਤੰਜਨ ਟੈਪ,
ਨਹੀਂ ਲੱਗ ਰਿਹਾ ਜੀ ਮੈਂ ਕਹਿੰਦਾ ਮੈਂ ਮਤੰਜਨ ਖਾ ਰਿਹਾ ਆ ਜਿਹੜੇ ਨਜ਼ਰ ਆ ਰਹੇ ਮਟਰ ਵਿੱਚ ਬੜੀ ਖੂਬਸੂਰਤ ਚੀਜ਼ ਹੈਗੀ ਮਟਰ ਵਿੱਚ ਪਾਇਆ ਤਾਂ ਖਾਈ ਨਾ ਮੈਨੂੰ ਤਾਂ ਵੈਸੇ ਇਹਦੇ 'ਚ ਕੋਈ ਖਰਾਬੀ ਨਹੀਂ ਲੱਗਦੀ ਯਕੀਨ ਕਰੋ ਇੰਝ ਲੱਗਦਾ ਜਿਸ ਤਰ੍ਹਾਂ ਮੈਂ ਕਿਸੇ ਵਿਆਹ 'ਤੇ ਗਿਆ ਹਾਂ ਅਤੇ ਉੱਥੇ ਮੈਂ ਰੋਟੀ ਖਾ ਰਿਹਾ ਤੁਸੀਂ ਮੈਨੂੰ ਕਹਿ ਰਹੇ ਨਾ ਖਾ ਲਓ ਮੈਂ ਪਿੰਡ ਦੇ ਵਿੱਚ ਵੀ ਕਿਸੇ ਨੂੰ ਅਗਰ ਖਾਣਾ ਭਾਜੀ ਇਹ ਡਿਸ਼ ਹੈਗੀ ਪਈ ਇਹਨੂੰ ਖਾ ਕੇ ਦਾ ਉਹ ਵੀ ਨਹੀਂ ਲੋਕ ਖਾਣਗੇ ਕਿਉਂਕਿ ਉਹਨਾਂ ਨੂੰ ਖਾਣ ਦੀ ਆਦਤ ਹੀ ਨਹੀਂ ਬਾਕੀ ਇਹ ਜੇ ਮਟਰ ਜਿਹੜੇ ਜਿਸ ਚੀਜ਼ 'ਚ ਪੈ ਜਾਂਦੇ ਨੇ ਨਾ ਯਕੀਨ ਕਰੋ ਕਿ ਉਹ ਚੀਜ਼ ਵੈਸੇ ਫੌਲਾਦ ਨਾਲ ਭਰਪੂਰ ਹੋ ਜਾਂਦੀ ਹੈ ਯਕੀਨ ਕਰੋ ਇਹਦੇ ਵਿੱਚ ਤਾਂ ਕੋਈ ਕੰਡਾ ਨਹੀਂ ਆ ਰਿਹਾ ਕੋਈ ਜ਼ਬਾਨ 'ਤੇ ਕੋਈ ਮੂੰਹ ਦੇ ਵਿੱਚ ਕੰਡਾ ਨਹੀਂ ਆਇਆ ਬੇਫਿਕਰੀ ਨਾਲ ਚਮਚੀਆਂ ਨਾਲ ਖਾਈ ਆ ਰਹੇ ਹਾਂ ਇਹ ਤਾਂ ਮੱਛੀ ਬੜੀ ਕਮਾਲ ਹੈ ਇਹ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਬੇਫਿਕਰ ਹੋ ਕੇ ਖਵਾ ਸਕਦੇ ਹੋ ਚੌਧਰੀ ਸਾਹਿਬ ਇਹ ਹੈ ਕਿ ਟੂਨਾ ਫਿਸ਼ ਨਿਕਲਣਾ ਸ਼ੁਰੂ ਹੋ ਜਾਏ ਉਹ ਕਹਿੰਦੇ ਵਾਕਈ ਬੇਫੀ ਇਹ ਹਲਕੀ ਨਾਰਮਲ ਜੀ ਹੈਗੀ ਹੈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਅੱਛੀ ਅੱਛੀਆਂ ਮੱਛੀਆਂ ਹੋਰ ਖਾਓ ਤੁਸੀਂ ਜਿਹੜੀ ਅੱਛੀ ਮੱਛੀ ਹੋਵੇ ਜਿਹੜੀ ਮੈਂ ਖਾ ਸਕਾਂ ਮੈਨੂੰ ਜ਼ਰੂਰ ਦੱਸਣਾ ਮੈਂ ਜ਼ਰੂਰ ਖਾਵਾਂਗਾ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਮੈਨੂੰ ਤੁਸੀਂ ਇਜਾਜ਼ਤ ਦਿਓ ਫਿਰ ਮੁਲਾਕਾਤ ਹੋਏਗੀ ਅੱਲਾਹ